ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦਰ ਗਰੇਵਾਲ ਅਤੇ ਝੋਨੇ ਦੀ ਕਟਾਈ ਦਾ ਮੌਸਮ ਆ ਰਿਹਾ ਅਤੇ ਤੁਹਾਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਇਸ ਵਾਰੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਕਿਉਂਕਿ ਜਦੋਂ ਆਪਾਂ ਧਰਤੀ ਦੀ ਹਿੱਕ ਦੇ ਉੱਤੇ ਅੱਗ ਜਲਾਉਂਦੇ ਹਾਂ ਤਾਂ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਆ ਅਤੇ ਦੂਜਾ ਬਹੁਤ ਸਾਰੇ ਜਿਹੜੇ ਮਿੱਤਰ ਜੀਵ ਨੇ ਜਿਹੜੇ ਸਾਡੀਆਂ ਫਸਲਾਂ ਲਈ ਸਾਡੀ ਧਰਤੀ ਲਈ ਬਹੁਤ ਜ਼ਰੂਰੀ ਨੇ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਆ। ਸੋ DC ਸਾਹਿਬ ਪਟਿਆਲਾ ਔਰ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ 'ਤੇ ਇਸ ਵਾਰੀ ਇਹ ਉਪਰਾਲਾ ਕਰ ਰਹੇ ਆ, ਆਪਣੇ ਵੱਲੋਂ ਸਹਿਯੋਗ ਵੀ ਕਰ ਰਹੇ ਆ ਔਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਆ ਕਿਸਾਨਾਂ ਨੂੰ ਤਾਂ ਜੋ ਉਹ ਪਰਾਲੀ ਦਾ ਹੱਲ ਕਰ ਸਕਣ। ਸੋ ਤੁਸੀਂ ਵੀ ਥੱਲੇ ਦਿੱਤੇ ਨੰਬਰ 'ਤੇ ਕਾਲ ਕਰ ਸਕਦੇ ਹੋ ਔਰ ਜਿੱਥੋਂ ਤੁਹਾਨੂੰ ਇਹ ਪਤਾ ਤੁਸੀਂ ਕਰ ਸਕਦੇ ਹੋ ਕਿ ਉਹ ਮਸ਼ੀਨਰੀ ਕਿਵੇਂ ਤੁਹਾਨੂੰ ਮੁਹੱਈਆ ਹੋ ਸਕਦੀ ਹੈ ਅਤੇ ਕਿਵੇਂ ਤੁਸੀਂ ਪਰਾਲੀ ਦਾ ਹੱਲ ਕਰ ਸਕਦੇ ਹੋ। ਸੋ ਆਓ ਸਾਰੇ ਰਲ ਕੇ ਇਸ ਵਾਰੀ ਆਪਾਂ ਇਹ ਇੱਕ ਪ੍ਰਣ ਲਈਏ ਕਿ ਇਸ ਵਾਰੀ ਆਪਾਂ ਨਾ ਤਾਂ ਹਵਾ ਦੂਸ਼ਿਤ ਕਰਨੀ ਆ ਅਤੇ ਨਾ ਉਹ ਮਿੱਤਰ ਜੀਵਾਂ ਨੂੰ ਜਲਾਉਣਾ ਅਤੇ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਾਉਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦਰ ਗਰੇਵਾਲ ਅਤੇ ਝੋਨੇ ਦੀ ਕਟਾਈ ਦਾ ਮੌਸਮ ਆ ਰਿਹਾ ਅਤੇ ਤੁਹਾਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਇਸ ਵਾਰੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਕਿਉਂਕਿ ਜਦੋਂ ਆਪਾਂ ਧਰਤੀ ਦੀ ਹਿੱਕ ਦੇ ਉੱਤੇ ਅੱਗ ਜਲਾਉਂਦੇ ਹਾਂ ਤਾਂ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਆ ਅਤੇ ਦੂਜਾ ਬਹੁਤ ਸਾਰੇ ਜਿਹੜੇ ਮਿੱਤਰ ਜੀਵ ਨੇ ਜਿਹੜੇ ਸਾਡੀਆਂ ਫਸਲਾਂ ਲਈ ਸਾਡੀ ਧਰਤੀ ਲਈ ਬਹੁਤ ਜ਼ਰੂਰੀ ਨੇ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਆ। ਸੋ DC ਸਾਹਿਬ ਪਟਿਆਲਾ ਔਰ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ 'ਤੇ ਇਸ ਵਾਰੀ ਇਹ ਉਪਰਾਲਾ ਕਰ ਰਹੇ ਆ, ਆਪਣੇ ਵੱਲੋਂ ਸਹਿਯੋਗ ਵੀ ਕਰ ਰਹੇ ਆ ਔਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਆ ਕਿਸਾਨਾਂ ਨੂੰ ਤਾਂ ਜੋ ਉਹ ਪਰਾਲੀ ਦਾ ਹੱਲ ਕਰ ਸਕਣ। ਸੋ ਤੁਸੀਂ ਵੀ ਥੱਲੇ ਦਿੱਤੇ ਨੰਬਰ 'ਤੇ ਕਾਲ ਕਰ ਸਕਦੇ ਹੋ ਔਰ ਜਿੱਥੋਂ ਤੁਹਾਨੂੰ ਇਹ ਪਤਾ ਤੁਸੀਂ ਕਰ ਸਕਦੇ ਹੋ ਕਿ ਉਹ ਮਸ਼ੀਨਰੀ ਕਿਵੇਂ ਤੁਹਾਨੂੰ ਮੁਹੱਈਆ ਹੋ ਸਕਦੀ ਹੈ ਅਤੇ ਕਿਵੇਂ ਤੁਸੀਂ ਪਰਾਲੀ ਦਾ ਹੱਲ ਕਰ ਸਕਦੇ ਹੋ। ਸੋ ਆਓ ਸਾਰੇ ਰਲ ਕੇ ਇਸ ਵਾਰੀ ਆਪਾਂ ਇਹ ਇੱਕ ਪ੍ਰਣ ਲਈਏ ਕਿ ਇਸ ਵਾਰੀ ਆਪਾਂ ਨਾ ਤਾਂ ਹਵਾ ਦੂਸ਼ਿਤ ਕਰਨੀ ਆ ਅਤੇ ਨਾ ਉਹ ਮਿੱਤਰ ਜੀਵਾਂ ਨੂੰ ਜਲਾਉਣਾ ਅਤੇ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਾਉਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦਰ ਗਰੇਵਾਲ ਅਤੇ ਝੋਨੇ ਦੀ ਕਟਾਈ ਦਾ ਮੌਸਮ ਆ ਰਿਹਾ ਅਤੇ ਤੁਹਾਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਇਸ ਵਾਰੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਕਿਉਂਕਿ ਜਦੋਂ ਆਪਾਂ ਧਰਤੀ ਦੀ ਹਿੱਕ ਦੇ ਉੱਤੇ ਅੱਗ ਜਲਾਉਂਦੇ ਹਾਂ ਤਾਂ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਆ ਅਤੇ ਦੂਜਾ ਬਹੁਤ ਸਾਰੇ ਜਿਹੜੇ ਮਿੱਤਰ ਜੀਵ ਨੇ ਜਿਹੜੇ ਸਾਡੀਆਂ ਫਸਲਾਂ ਲਈ ਸਾਡੀ ਧਰਤੀ ਲਈ ਬਹੁਤ ਜ਼ਰੂਰੀ ਨੇ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਆ। ਸੋ DC ਸਾਹਿਬ ਪਟਿਆਲਾ ਔਰ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ 'ਤੇ ਇਸ ਵਾਰੀ ਇਹ ਉਪਰਾਲਾ ਕਰ ਰਹੇ ਆ, ਆਪਣੇ ਵੱਲੋਂ ਸਹਿਯੋਗ ਵੀ ਕਰ ਰਹੇ ਆ ਔਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਆ ਕਿਸਾਨਾਂ ਨੂੰ ਤਾਂ ਜੋ ਉਹ ਪਰਾਲੀ ਦਾ ਹੱਲ ਕਰ ਸਕਣ। ਸੋ ਤੁਸੀਂ ਵੀ ਥੱਲੇ ਦਿੱਤੇ ਨੰਬਰ 'ਤੇ ਕਾਲ ਕਰ ਸਕਦੇ ਹੋ ਔਰ ਜਿੱਥੋਂ ਤੁਹਾਨੂੰ ਇਹ ਪਤਾ ਤੁਸੀਂ ਕਰ ਸਕਦੇ ਹੋ ਕਿ ਉਹ ਮਸ਼ੀਨਰੀ ਕਿਵੇਂ ਤੁਹਾਨੂੰ ਮੁਹੱਈਆ ਹੋ ਸਕਦੀ ਹੈ ਅਤੇ ਕਿਵੇਂ ਤੁਸੀਂ ਪਰਾਲੀ ਦਾ ਹੱਲ ਕਰ ਸਕਦੇ ਹੋ। ਸੋ ਆਓ ਸਾਰੇ ਰਲ ਕੇ ਇਸ ਵਾਰੀ ਆਪਾਂ ਇਹ ਇੱਕ ਪ੍ਰਣ ਲਈਏ ਕਿ ਇਸ ਵਾਰੀ ਆਪਾਂ ਨਾ ਤਾਂ ਹਵਾ ਦੂਸ਼ਿਤ ਕਰਨੀ ਆ ਅਤੇ ਨਾ ਉਹ ਮਿੱਤਰ ਜੀਵਾਂ ਨੂੰ ਜਲਾਉਣਾ ਅਤੇ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਾਉਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦਰ ਗਰੇਵਾਲ ਅਤੇ ਝੋਨੇ ਦੀ ਕਟਾਈ ਦਾ ਮੌਸਮ ਆ ਰਿਹਾ ਅਤੇ ਤੁਹਾਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਇਸ ਵਾਰੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਕਿਉਂਕਿ ਜਦੋਂ ਆਪਾਂ ਧਰਤੀ ਦੀ ਹਿੱਕ ਦੇ ਉੱਤੇ ਅੱਗ ਜਲਾਉਂਦੇ ਹਾਂ ਤਾਂ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਆ ਅਤੇ ਦੂਜਾ ਬਹੁਤ ਸਾਰੇ ਜਿਹੜੇ ਮਿੱਤਰ ਜੀਵ ਨੇ ਜਿਹੜੇ ਸਾਡੀਆਂ ਫਸਲਾਂ ਲਈ ਸਾਡੀ ਧਰਤੀ ਲਈ ਬਹੁਤ ਜ਼ਰੂਰੀ ਨੇ ਉਹ ਵੀ ਸੜ ਕੇ ਸਵਾਹ ਹੋ ਜਾਂਦੇ ਆ। ਸੋ DC ਸਾਹਿਬ ਪਟਿਆਲਾ ਔਰ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ 'ਤੇ ਇਸ ਵਾਰੀ ਇਹ ਉਪਰਾਲਾ ਕਰ ਰਹੇ ਆ, ਆਪਣੇ ਵੱਲੋਂ ਸਹਿਯੋਗ ਵੀ ਕਰ ਰਹੇ ਆ ਔਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਆ ਕਿਸਾਨਾਂ ਨੂੰ ਤਾਂ ਜੋ ਉਹ ਪਰਾਲੀ ਦਾ ਹੱਲ ਕਰ ਸਕਣ। ਸੋ ਤੁਸੀਂ ਵੀ ਥੱਲੇ ਦਿੱਤੇ ਨੰਬਰ 'ਤੇ ਕਾਲ ਕਰ ਸਕਦੇ ਹੋ ਔਰ ਜਿੱਥੋਂ ਤੁਹਾਨੂੰ ਇਹ ਪਤਾ ਤੁਸੀਂ ਕਰ ਸਕਦੇ ਹੋ ਕਿ ਉਹ ਮਸ਼ੀਨਰੀ ਕਿਵੇਂ ਤੁਹਾਨੂੰ ਮੁਹੱਈਆ ਹੋ ਸਕਦੀ ਹੈ ਅਤੇ ਕਿਵੇਂ ਤੁਸੀਂ ਪਰਾਲੀ ਦਾ ਹੱਲ ਕਰ ਸਕਦੇ ਹੋ। ਸੋ ਆਓ ਸਾਰੇ ਰਲ ਕੇ ਇਸ ਵਾਰੀ ਆਪਾਂ ਇਹ ਇੱਕ ਪ੍ਰਣ ਲਈਏ ਕਿ ਇਸ ਵਾਰੀ ਆਪਾਂ ਨਾ ਤਾਂ ਹਵਾ ਦੂਸ਼ਿਤ ਕਰਨੀ ਆ ਅਤੇ ਨਾ ਉਹ ਮਿੱਤਰ ਜੀਵਾਂ ਨੂੰ ਜਲਾਉਣਾ ਅਤੇ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਾਉਣੀ।